Kargil. You now Ismail Awan, sir. Bismillah ar-Rahman ar-Rahim. Alhamdulillah illazi allamna al-bayan. Wassalatu wassalamu ala rasulina sahib al-ilmi wa arfan. Amma baad, sahib sadr, mehman khususi, bala nishinan, shakhsiyato, titremato. Assalamu alaikum. Mera to koi mukala bhi nahi likhoya. Sirf ek chhota ja mauzu hai. Tuhadi tawajjo chahna wa. Us anwan ke hinko ginti te us da adat. E bilkul ek munfarid. Shayad tuhade samne pesh karna. Tuhade gosh guzar karna. Zara se gaur farmao. Sade aale duale. Sade peshraft. Sade sarvaj ke char badiyan badiyan zubana paai jandiyan. Arbi, Farsi, Pashto, te angrezi. In a charan zubana di ginti de gaur karo na. 20 aur 21 de agge ina kol apni ginti se lafz nahi ga main tuhanu misalan se sabit kar sa te hind ko saadi oh wah zuban hai jisi hik si lae ke 100 tak ginti da har ik da munfarid lafz maujood hai jada hor eh sariyan zubana nahi pesh kar sakdiyan maslan arbi hai to oh bhi ikai aur dahi nu mila ke agge janda hai ਕਹਿੰਦਾ ਵਾਹਿਦ ਵਾ ਅਰਬਈਨ ਅਰਬਈਨ ਤੇ ਵਾਹਿਦ ਨੂੰ ਮਿਲਾ ਕੇ ਇੱਕ ਤੇ 40 ਕਹਿੰਦਾ ਹੈ ਫਾਰਸੀ ਵੀ ਕਹਿੰਦਾ ਹੈ ਚਲੋ ਇੱਕ 40 ਤੇ ਇੱਕ ਅੰਗਰੇਜ਼ੀ ਵੀ ਕਹਿੰਦਾ ਹੈ 41 40 ਤੇ ਇੱਕ ਪਸ਼ਤੋ ਵੀ ਕਹਿੰਦਾ ਹੈ ਯੋ ਸਲਵੇਖ ਤੇ ਹਿੰਦਕੋ ਵੀ ਕਹਿੰਦਾ ਹੈ 41 ਇੱਕ ਹੀ ਲਫ਼ਜ਼ ਇਸੇ ਤਰ੍ਹਾਂ ਤੁਸੀਂ ਕੋਈ ਗਿਣਤੀ ਦਾ ਇੱਕ ਸੀ 100 ਤੱਕ ਲਫ਼ਜ਼ ਕਹਿ ਲੋ ਸਾਡੇ ਹਿੰਦਕੋ ਦੇ ਜਕਾਰ ਉਸ ਦੇ ਸੇ ਇੱਕ ਹੀ ਲਫ਼ਜ਼ ਹੈ ਜਦ ਕਿ ਚਾਰੋਂ ਜ਼ੁਬਾਨਾਂ ਮੋਤਾਜੁਨ ਤੇ ਇਕਾਈ ਤੇ ਦਾਹੀ ਮਿਲਾ ਕੇ ਆਪਣਾ ਲਫ਼ਜ਼ ਕਵਨ ਤੁਸੀਂ ਲੈ ਲੋ 72 ਦਾ ਲਫ਼ਜ਼ ਅਰਬੀ ਕਹਿੰਦਾ ਅਤਨੇਨ ਉਹ ਸਬਈਨ ਅਤਨੇਨ ਦੋ ਔਰ ਸਬਈਨ 72 ਨੂੰ ਕਹਿੰਦਾ ਫਾਰਸੀ ਕਹਿੰਦਾ ਦੋ ਅਫਤਾਦ ਅੰਗਰੇਜ਼ੀ ਕਹਿੰਦਾ 72 ਪਸ਼ਤੋ ਕਹਿੰਦਾ ਦੋ ਹਵਿਆ ਅਸੀਂ ਕਹਿੰਦੇ ਹਾਂ 71 72 ਇਸੇ ਤਰ੍ਹਾਂ ਤੁਸੀਂ ਕੋਈ ਵੀ ਲਫ਼ਜ਼ ਲੈ ਲਓ ਸਾਡੀ ਹਿੰਦਕੋ ਦੀ ਵਾਹ ਜ਼ੁਬਾਨ ਹੈ ਜਿਹੜੀ ਸਾਡੀ ਮਰਵਜਾ ਸਰਾਉਣੀ ਜ਼ੁਬਾਨ ਵਿੱਚ ਕਰੋ ਇੱਕ ਲਫ਼ਜ਼ ਬੋਲ ਦਈਏ ਜਦ ਕਿ ਦੂਸਰੀਆਂ ਜ਼ੁਬਾਨਾਂ ਇਸ ਗੱਲ ਦੀਆਂ ਮੁਹਤਾਜ ਹਨ ਕਿ ਆਪਣੀ ਇਕਾਈ ਦੇ ਦਹਾਈ ਨੂੰ ਮਿਲਾ ਕੇ ਤੁਹਾਨੂੰ ਕਵਨ ਅਗਰ ਸਾਡਾ ਵੀ ਇਹ ਹੀ ਕਾਇਦਾ ਕੁਲੀ ਹੁੰਦਾ ਤਾਂ ਅਸੀਂ ਕਹਿੰਦੇ 70 ਤੇ 2 ਇੱਕ ਤੇ 40 ਜਾਂ 40 ਤੇ ਇੱਕ ਲੇਕਿਨ ਨਹੀਂ ਸਾਡੀ ਜ਼ੁਬਾਨ ਇਤਨੀ ਮਜ਼ਬੂਤ ਇਤਨੀ ਵਸੀ ਔਰ ਅਬੀ ਕਿ ਸਾਡੇ ਕੋਲ ਇਸ ਵਾਸਤੇ ਹਰ ਅਲਫਾਜ਼ ਸੇ ਇੱਕ ਲਫ਼ਜ਼ ਮੌਜੂਦ ਹੈ ਉਹ ਗੱਲ ਫਿਰ ਇੱਥੇ ਹੀ ਨਹੀਂ ਮੁੱਕਦੀ ਇਹ ਤਾਂ ਗਿਣਤੀ ਹੈ ਹੁਣ ਆਓ ਜ਼ਰਾ ਜੀ ਆਦਾਦ ਦੇਖੀਏ ਸਾਡੇ ਹਿੰਦਕੋ ਦੇ ਚਕਾਰ 19 ਆਦਾਦ ਮੌਜੂਦ ਹਨ 19 ਡਿਜੀਟਲ ਮੌਜੂਦ ਹਨ ਇਕਾਈ ਦਹਾਈ ਸੈਕੜਾ ਹਜ਼ਾਰ 10,000 ਲੱਖ 10 ਲੱਖ ਕਰੋੜ 10 ਕਰੋੜ ਅਰਬ 10 ਅਰਬ ਖਰਬ 10 ਖਰਬ ਪਦਮ 10 ਪਦਮ ਨੀਲਮ 10 ਨੀਲਮ ਸੰਖ 10 ਸੰਖ ਇਹ 19 ਆਦਾਦ ਹਨ ਦੁਨੀਆ ਦੀ ਕੋਈ ਜ਼ੁਬਾਨ ਇਹ ਆਦਾਦ ਪੂਰੇ ਕਰਕੇ ਬਤਾ ਦੇਵੇ ਆਓ ਮੈਂ ਤੁਹਾਨੂੰ ਅਰਬੀ ਜੈਸੀ ਫਸੀ ਉਹ ਬਲੀਗ ਜ਼ੁਬਾਨ ਬਤਾਵਾਂ ਜਿਸਦੇ ਕੋਲ ਹਜ਼ਾਰ ਸੀ ਉੱਤੇ ਗਿਣਤੀ ਹੀ ਨਹੀਂ ਗੀ ਪੂਰਾ ਕੁਰਾਨ ਛਾਣ ਮਾਰੋ ਇੱਕ ਹੀ ਲਫ਼ਜ਼ ਹਜ਼ਾਰ ਅੱਗੇ ਉਹਨੂੰ ਲੱਕਣਾ ਪਿਆ ਅਸੀਂ ਕਹਿ ਸੀ ਮੀਤ ਅਲਫ ਉਹ ਫਿਰ ਉਹਨਾਂ ਨੇ ਅੰਗਰੇਜ਼ੀ ਦੇ ਅਲਫਾਜ਼ਾਂ ਸੀ ਮੁਸਤਾਰ ਕਰਕੇ ਮਿਲੀਅਨ ਮਿਲੀਅਨ ਸੀ ਮਿਲੀਅਨ ਤੇ ਬਿਲੀਅਨ ਸੀ ਬਿਲੀਅਨ ਇਜਾਦ ਕਰ ਲਿਆ ਲੇਕਿਨ ਹਜ਼ਾਰ ਸੀ ਉੱਤੇ ਗਿਣਤੀ ਅੱਜ ਤੋੜੀ ਵੀ ਕਿਸੇ ਅਰਬੀ ਨਹੀਂ ਗੀ ਹੱਤਾ ਕਿ ਅਰੂਫ ਅਬਜਦ ਵੀ ਜਿਹੜੀ ਪ੍ਰੀ ਇਸਲਾਮਿਕ ਗਿਣਤੀ ਹੈ ਅਬਜਦ ਹਵਸ ਹਵਸ ਕਲਮਨ ਸਿੱਤੀ ਸਾਬਤ ਉਹ ਵੀ ਸਿਰਫ ਹਜ਼ਾਰ ਤੱਕ ਹੀ ਅੱਗੇ ਨਹੀਂ ਜਾਂਦੀ ਲੇਕਿਨ ਸਾਡੀ ਉਹ ਜ਼ੁਬਾਨ ਹੈ ਕਿ ਅਗਰ ਉਹਦੇ ਕਰੋ 10 ਤਾਂ ਇਨਸਕਲ ਵੀ ਲਈਏ ਤਾਂ ਵੱਧ ਵੀ 12 ਡਿਜੀਟਲ ਬਣ ਦੇਣ ਦੂਸਰੀ ਜ਼ੁਬਾਨ ਕੋਈ ਵੀ ਨਹੀਂ ਕਰ ਸਕਦੀ ਅੰਗਰੇਜ਼ੀ ਲੈ ਲਓ ਉਹ ਬਿਲੀਅਨ ਟ੍ਰਿਲੀਅਨ ਸੀ ਕੁਆਟ੍ਰਿਲੀਅਨ ਵੀ ਇਸਤੇਮਾਲ ਕਰ ਦੇਣ ਫਿਰ ਵੀ ਸਾਰੇ ਉਹਦੇ ਆਜ਼ਾਦ 12 ਨਹੀਂ ਬਣਦੇ ਸਾਡੇ ਉਸਦੇ ਬਾਵਜੂਦ 12 ਆਜ਼ਾਦ ਹੋਣ ਇਹ ਸਾਡੀ ਜਿਹੜੀ ਜ਼ੁਬਾਨ ਹਿੰਦਕੋ ਨਾ ਸਿਰਫ ਇਹਨਾਂ ਗੱਲਾਂ 'ਚ ਹੋਵੇ ਬਲਕਿ ਇਹ ਦੂਸਰੀ ਜ਼ੁਬਾਨਾਂ ਦੀ ਜਿਹੜੇ ਕਿ ਪ੍ਰਾਕ੍ਰਿਤ ਸੀ ਸੰਸਕ੍ਰਿਤ ਨਹੀਂ ਪ੍ਰਾਕ੍ਰਿਤ ਸੀ ਨਿਕਲੀਆਂ ਉਹਨਾਂ ਦੀ ਸਰਤਾਜ ਜ਼ੁਬਾਨ ਹੈ ਔਰ ਅੱਜ ਵੀ ਆਪਣੀ ਜਗ੍ਹਾ 'ਤੇ ਕਾਇਮ ਉਹ ਦਾਇਮ ਹੈ ਜਿਸ ਨੂੰ ਅਸੀਂ ਮੁਖਤਲਿਫ ਜ਼ੁਬਾਨਾਂ ਸ਼ੁਮਾਰ ਕਰਕੇ ਅੱਜ ਹਿੰਦਕੋ ਕਹਿੰਦੇ ਹਾਂ ਅਸਲਾਮੁ ਅਲੈਕੁਮ ਵਰਹਮਤੁਲਲਾਹ